आप देख रहे हैं भारत न्यूज टीवी। मैं हूं आपके साथ में गजेंद्र गुर्जर। आज हम आपको दिखाने के लिए जा रहे हैं देश दुनिया की तमाम बड़ी खबरें। आपने बलात्कार जैसी घटनाएं तो सुनी ही होंगी, परंतु आज हम आपको एक ऐसा मामला दिखाने जा रहे हैं कि जिसको देखकर आप भी एक बार तो हैरान हो जाओगे। यह मामला आया जिला फिरोजपुर के गांव जौकरियर का, जहां एक 13 साल के बच्चे की तरफ से एक 5 साल के बच्चे के साथ कुकर्म किया गया है और पीड़ित बच्चा सिविल अस्पताल में दाखिल है। जानकारी देते पीड़ित बच्चों के माता पिता ने बताया कि 2 दिन पहले उनका बच्चा अहमद उम्र 8 साल जो गली के बच्चों के साथ खेलने के लिए गया था कि गली में रहते सोनू नामक व्यक्ति के बेटे जॉनी उम्र करीब 13 साल ने उनके बच्चे को अकेले देख पहले तो उसके साथ मारपीट की और बाद में उसके साथ कुकर्म किया, जिसके बाद बच्चों ने घर आकर उन्हें बताया और उन्होंने तुरंत बच्चे को सिविल अस्पताल में दाखिल करवाकर फिरोजपुर के थाना कुलगड़ी में शिकायत दर्ज कराई। परंतु पुलिस किसी दबाव के कारण उनको पिछले 2 दिनों से टालम टोल कर रही है और उनकी कोई सुनवाई नहीं कर रही। उन्होंने पुलिस प्रशासन से मांग की है कि उनको इंसाफ दिलाया जाए और कुकर्म करने वाले बच्चे को बाल सुधार घर भेजा जाए, ताकि वह बच्चा आगे से किसी और के साथ ऐसी हरकत न कर सके। फिरोजपुर से सुखचैन सिंह की रिपोर्ट। की कहना चाहते हैं भाई? अभी ये चाहते हैं कि सारे बच्चे नाल जो भी गलत काम होया है उसकी कार्रवाई हो, पुलिस कोई कार्रवाई नहीं कर रही। अभी 3 दिन तो हो गए। कितनी उम्र बच्चे की? 5 साल। अच्छा, तो की हम पुलिस कोई कार्रवाई नहीं कर रही? ना नहीं, जो अभी जाइए वो कह दें नहीं कुछ भी करे। आह बंदा आता पे आह बंदा आता पे रोज़ बस लौट लौट आई हूँ दे दूँगी उसे। उन्होंने कोई सिफारिश पूछने लग गया साड़ी को, गरीब बंदे से कोई गल नहीं सुन रहा। और की मांग की थोड़ी? अभी चाहे सू इंसाफ मिले, अभी जाने के पर्चा होना चाहिए मुझे। तो ਕਹਾਣੀ ਸੀਗੀ ਸਾਰੀ, ਕਿਸ ਤਰ੍ਹਾਂ ਬੱਚੇ ਤੁਹਾਡੇ ਨਾਲ ਕੀ ਹੋਇਆ? ਸਾਡਾ ਨਾ ਖੇਡਣ ਗਿਆ ਸੀ, ਕ੍ਰੀਡ ਦਾ ਟਾਈਮ ਸੀ, ਘਰੇ ਹੀ ਸੀ। ਇਹਨੂੰ ਇਹ ਤਾਂ ਜਾਣਦਾ ਨਹੀਂ ਸੀ, ਮੈਂ ਹੀ ਇਹਨੂੰ ਕਿਹਾ ਮੈਂ ਚੱਲ ਜਾ 10 ਮਿੰਟ ਖੇਡ ਖੂੜਾ ਘਰੇ ਸਿਖਾਉਂਦਾ ਸੀ, ਅਤੇ ਮੈਂ ਕਲਾ ਤਾਂ ਇਹ ਤੁਰਿਆ ਜਾਂਦਾ ਸੀ ਪਰਾਂ ਨੂੰ ਖੇਡਣ। ਉਹ ਮੁੰਡੇ ਨੇ ਆਵਾਜ਼ ਮਾਰ ਕੇ ਇਹਨੂੰ ਕੋਠੇ 'ਤੇ ਲੈ ਗਿਆ। ਉੱਥੇ ਵਾਹਵਾ ਜਣੇ ਖੇਡ ਜਵਾਕ ਵਾਧੂ ਜਣ ਦੀ ਛੱਤ 'ਤੇ ਖੇਡਦੇ, ਪਰ ਸਾਰੇ ਥੱਲੇ ਉੱਤਰ ਆਏ ਅਤੇ ਇਹ ਰਹਿ ਕੇ ਗੱਲ। ਦੋਵੇਂ ਭਰਾ ਉਹ ਸੀ, ਛੋਟਾ ਹੁੰਦਾ ਭਰਾ ਸੀ ਅਤੇ ਇੱਕ ਇਹ ਸੀ, ਤਿੰਨੇ ਛੋਟਾ ਹੁੰਦਾ ਭਰਾ ਦੁੱਧਾ ਚੜਾਉਂਦਾ ਪਿਆ ਸੀ ਅਤੇ ਇਹਨੂੰ ਪਹਿਲਾਂ ਤੈਨੂੰ ਮਾਰਿਆ, ਇਹਨੂੰ ਮਾਰੀ ਆਇਆ, ਤੈਨੂੰ 5 ਰੁਪਈਏ ਦਿਆਂ ਦਾ ਅਤੇ ਇਹ ਰੋਈ ਰੋਂਦਾ ਸੀਗਾ। ਮੁੜ ਕੇ ਨੂੰ ਅਸੀਂ ਪੈਂਟ ਲਾ ਤੇ ਲਾਉਂਦਾ ਨਹੀਂ ਸਕੇ ਨਾ, ਅਤੇ ਫਿਰ 2-3 ਚਪੇੜਾਂ ਦਾ ਨੇ ਉਹਨੇ ਮੇਰੀ ਮਾਰਨਾ। ਫਿਰ ਉਹਨੇ ਆਹ ਪਿੰਚ ਪਹਿਲੋਂ ਆਪਦੀ ਲਾਈ, ਫਿਰ ਇਹਦੀ ਲਾਈ, ਇਹਦੇ ਨਾਲ ਗਲਤ ਕੰਮ ਕੀਤਾ। ਫਿਰ ਉਹ ਕਿਸੇ ਮੇਰੇ ਜੇਠ ਦੇ ਮੁੰਡੇ ਨੇ ਕਿਸੇ ਨੇ ਵੇਖ ਲਿਆ, ਉਹ ਕੋਠੇ 'ਤੇ ਤਾਰ ਵਾਲਦਾ ਅਤੇ ਉਹਨੇ ਵੇਖਿਆ, ਅਤੇ ਫਿਰ ਉਹਨੇ ਦਬਕਾਇਆ ਅਤੇ ਉਹ ਭੱਜ ਆਇਆ। ਮੁੰਡਾ ਸਾਡਾ ਘਰ ਰੋਂਦਾ ਰੋਂਦਾ ਮੇਰੇ ਕੋਲ ਆਇਆ, ਮੈਂ ਪੁੱਛਿਆ ਕਿ ਇਹ ਕਹਿੰਦਾ ਮੈਨੂੰ ਜਾਨੀ ਨੇ ਮਾਰਿਆ। ਉੱਧਰੋਂ ਮੁੰਡਾ ਆ ਗਿਆ ਜਿਹਨੇ ਸਾਨੂੰ ਦੱਸਿਆ ਸੀ, ਉਹ ਆਹਦਾ ਚਾਚੀ ਨੂੰ ਮਾਰੀ ਲੈਣ, ਮੈਂ ਦੱਸਣਾ ਵੀ ਕੀ ਗੱਲ ਹੋਈ ਇਹਦੇ ਨਾਲ। ਫਿਰ ਉਹਨੇ ਦੱਸਿਆ, ਫਿਰ ਮੈਂ ਸਾਰੇ ਜਾਂਚ ਕਰ ਸਾਰੀ ਗਲੀ ਇਕੱਠੀ ਕਰ ਲਈ, ਜਦੋਂ ਮੈਂ ਰੌਲਾ ਪਾਇਆ ਸਾਰੇ ਲੋਕ ਬਾਹਰ ਨਿਕਲ ਆਏ। ਉਹ ਵੇਖ ਮੁੰਡਾ ਲੱਭਿਆ ਨਾ, ਕਦੇ ਜੇ ਲੱਭਿਆ ਤਾਂ ਉਹ ਮੈਂ ਨਹਿਰ 'ਤੇ ਜਾ ਕੇ ਲੱਭਿਆ, ਜਿਹਨੂੰ ਮੈਂ ਬੁਲਾ ਕੇ ਲਏ ਤਾਂ ਉਹ ਮੇਰੇ ਅੱਗੇ ਹੱਥ ਬੰਨੇ ਵੀ ਮੈਂ ਇਹ ਕੰਮ ਨਹੀਂ ਕੀਤਾ। ਮੁੰਡੇ ਮੁੰਡਾ ਰੋਂਦਾ ਹੈਗਾ ਸੀ, ਕਹਿੰਦਾ ਮੈਂ ਨਹੀਂ ਕੰਮ ਕੀਤਾ, ਵੀ ਝੂਠ ਮਾਰਦਾ। ਤੋਂ ਸ਼ਾਮ ਪਈ, ਸ਼ਾਮ ਨੂੰ ਉਹਨਾਂ ਦੇ ਘਰ ਤੋਂ ਮੰਮੀ ਨੂੰ ਮਿਲਾਵਾਂ, ਤਾਂ ਮੈਂ ਕਿਹਾ ਵੀ ਆਹ ਗੱਲ ਵੀ ਤੇਰੇ ਮੁੰਡੇ ਨੇ ਕੀਤੀ। ਉਹਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ। ਮੁੰਡਾ ਵੀ ਆਖੇ, ਮੁੰਡਾ ਸ਼ਾਮ ਦੇ ਪਰ ਘਰੇ ਨਹੀਂ ਸੀ ਜਾਂਦਾ, ਡਰ ਸੀ ਉਹਨੂੰ ਵੀ ਮੈਨੂੰ ਮਾਰੇਗੀ ਉਹ। ਜੇ ਮੁੰਡੇ ਨੂੰ ਪਤਾ ਲੱਗ ਗਿਆ ਵੀ ਮੈਂ ਇਹ ਕੰਮ ਕੀਤਾ, ਮੁੰਡਾ ਨਹੀਂ ਸੀ ਮੰਨਦਾ। 2-3 ਦਿਨ ਅਸੀਂ ਪਿੰਡੋਂ ਵੀ ਦਵਾਈ ਲੈਂਦੇ ਰਹੇ ਡਾਕਟਰ ਤੋਂ, ਅਤੇ ਉਹਨੂੰ ਅਸੀਂ ਵੀ ਸੀ ਦੱਸਿਆ ਨਹੀਂ ਸੀਗਾ ਵੀ ਇਹਦੇ ਨਾਲ ਆਹ ਕੰਮ ਹੋਇਆ। ਮੁੜ ਕੇ ਅਸੀਂ ਦਰਖਾਸਤ ਕੋਟਗੜੀ ਥਾਣੇ 'ਚ ਦਿੱਤੀ। ਹੁਣ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ? ਉਹਨਾਂ ਕਾਰਵਾਈ ਉਹਨਾਂ ਕੁਛ ਨਹੀਂ ਕੀਤੀ। ਕੀ ਮੰਗ ਕੀ ਕਰਦੇ ਤੁਸੀਂ? ਮੰਗ ਕੀ ਪੁਲਿਸ ਪ੍ਰਸ਼ਾਸਨ ਤੋਂ? ਕੀ ਮੰਗ ਕਾਰਵਾਈ? ਅਸੀਂ ਕਿਹਾ ਵੀ ਸਰ ਪਰਚਾ ਕਟਣਾ ਚਾਹੀਦਾ ਸੀ, ਪਰਚਾ ਕਟਾਉਣਾ। ਠੀਕ, ਦੇਖਦੇ ਰਹੀਏ ਭਾਰਤ ਨਿਊਜ਼ ਟੀਵੀ। ਗਜੇਂਦਰ ਗੁਰਜਰ ਕੇ ਸਾਥ ਨਮਸਕਾਰ।